ਟਵਿੱਟਰ 855 ਦੀਆਂ ਸਲੀਬਾਂ ਪੈ ਰਹੀਆਂ ਨੇ ਜੀ, ਚੈੱਕ ਕਰੋ ਪਾਓ ਜੀ। ਮਿਸਤਰੀ ਜੀ, ਮਿਸਤਰੀ ਜਗਤਾਰ ਸਿੰਘ ਜੀ ਸਲੀਬਾਂ ਪਾ ਰਹੇ ਨੇ ਪ੍ਰੋਪਰ, ਰਾਊਡਰਿੰਗ ਪਾ ਕੇ। ਹਾਂ, ਰਾਊਡਰਿੰਗ ਪਾਏ ਹੋਏ ਨੇ ਅਤੇ ਪਿੱਤਲ ਦੀਆਂ ਸਲੀਬਾਂ ਪਾਈਆਂ ਹੋਈਆਂ ਨੇ। ਕਲਾਸਕਾਰ ਕੰਪਨੀ ਦੀਆਂ ਸਲੀਬਾਂ ਨੇ ਬਾਈ ਜੀ। ਆਤੀਆਂ ਸਲੀਬਾਂ ਮਿਸਤਰੀ ਜੀ, ਠੀਕ ਆ। ਕਿੰਨਾ ਟਾਈਮ ਚੱਲਣ ਦੀ ਗਰੰਟੀ? ਚਲੋ ਜੀ, ਚੇਪਾ ਪਾ ਰਹੇ ਨੇ ਮਿਸਤਰੀ ਜਗਤਾਰ ਸਿੰਘ, ਮਿਸਤਰੀ ਮਨਕੀਰ ਸਿੰਘ। ਇਕੱਲੀ ਇਕੱਲੀ ਚੀਜ਼ ਤਾਂ ਜੈਨ ਬਾਈ ਜੀ ਪਹਿਲਾਂ ਲਾ ਕੇ ਰੱਖ ਦੇਈਦਾ, ਸਾਰਾ ਸਮਾਨ ਕੰਪਲੀਟ ਕਰ ਦੇਈਦਾ। ਗੱਲਾਂ ਗੱਲਾਂ ਹੈੱਡ ਤਿਆਰ ਕਰਕੇ ਰੱਖੀ ਦਾ ਜੀ। ਹਾਂ ਜੀ, ਸਾਫ ਸੁਥਰੀ ਢੋਸ ਮਾਰ ਕੇ ਗਲੀ ਜੀ ਰੱਖੀ ਜੀ। ਵਾਟਰ ਵੈਂਡੀ ਲੱਗ ਰਹੀ ਹੈ ਜੀ। ਇਕੱਲਾ ਇਕੱਲਾ ਪਾਰਟਸ ਇਕੱਠਾ ਕਰਕੇ ਵੀ ਜੀ ਇਹ ਇੰਜਣ ਤਿਆਰ ਕੀਤਾ ਜਾਂਦਾ ਗਾ। ਜਦੋਂ ਸਾਰਾ ਪਾਰਟਸ ਲੱਗ ਗਿਆ ਤਾਂ ਉਹ ਇਹ ਸਮਝ ਲਓ ਵੀ ਇੰਜਣ ਬਣ ਗਿਆ। ਜਿਵੇਂ ਘਰ ਦਾ ਬਜ਼ੁਰਗ ਹੁੰਦਾ ਗਾ, ਉਹਦੇ ਕਹਿਣੇ ਥੱਲੇ ਸਾਰਾ ਪਰਿਵਾਰ ਚੱਲਦਾ ਹੁੰਦਾ ਗਾ, ਤਾਂ ਉਹਨੂੰ ਪਰਿਵਾਰ ਕਿਹਾ ਜਾਂਦਾ। ਨਹੀਂ, ਇੱਕ ਘਰ ਦੇ ਇੱਕ ਮੈਂਬਰ ਦਾ ਨਾਮ ਲਿਆ ਜਾਂਦਾ ਗਾ। ਸਾਲੀ ਵੈਂਡੀ ਲੱਗ ਰਹੀ ਹੈ ਬਾਈ ਜੀ। ਅਸੀਂ ਤਾਂ ਲਾ ਰਹੇ ਹਾਂ ਵੀ ਕੱਲ੍ਹ ਨੂੰ ਕਿਸੇ ਵੀਰ ਨੇ ਇੰਜਣ ਬੰਨਣਾ ਹੋਵੇ ਤਾਂ ਇੱਥੋਂ ਦੇਖ ਕੇ, ਕਈ ਵਾਰ ਕਿਸੇ ਬੰਦੇ ਦਿਮਾਗ 'ਚ ਨਹੀਂ ਆਉਂਦਾ ਜਾਣ ਜਾਣ ਹੁੰਦਾ, ਉਹ ਸਾਡੀ ਵੀਡੀਓ ਦੇਖ ਕੇ ਇੰਜਣ ਤਿਆਰ ਕਰ ਸਕਦਾ ਗਾ। ਬਾਕੀ ਸਾਡੇ ਨੰਬਰ ਦਿੱਤੇ ਉੱਤੇ ਸੰਪਰਕ ਵੀ ਕਰ ਸਕਦਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ। ਅਲਟੀਨੇਟਰ ਵੀ ਬਾਈ ਸਾਰਾ ਗਲੀਸ ਕਰਾ ਕੇ, ਇਹਦਾ ਓਕੇ ਸਾਰਾ ਕੰਮ ਕਰਾ ਕੇ, ਅਲਟੀਨੇਟਰ ਦਾ ਵੀ, ਸੈਲਫ ਦਾ ਵੀ ਸਾਰਾ ਕੰਮ ਕਰਾ ਕੇ, ਸਾਰੇ ਪੈਪ ਨਵੇਂ ਦੇਖੋ, ਪੈਪ ਕਲੰਪ ਕੰਪਨੀ ਦਾ ਸਮਾਨ ਆ ਬਾਈ। ਇਕੱਲੀ ਇਕੱਲੀ ਚੀਜ਼ ਟੈਂਕੀ ਵਗੈਰਾ ਧੋ ਕੇ, ਸਾਰੀ ਸ਼ੋਅ ਧੋ ਕੇ ਰੱਖੀ ਪਈ ਆ, ਸਾਰੀ ਸ਼ੋਅ ਬੈਟਰੀ ਬਕਸਾ ਧੋ ਕੇ ਰੱਖਿਆ ਪਿਆ ਗਾ, ਇਕੱਲੀ ਇਕੱਲੀ ਚੀਜ਼ ਟੈਂਕੀ ਧੋ ਕੇ ਰੱਖੀ ਪਈ ਹੈ। ਅਤੇ ਹੁਣ ਤੁਹਾਨੂੰ ਦਿਖਾਉਣਾ ਜੀ, ਦਿਖਾਉਂਦੇ ਹਾਂਗੇ ਵੀ ਸਫਾਈ ਦਾ ਕਿੰਨਾ ਫਰਕ ਹੁੰਦਾ ਗਾ। ਅਤੇ ਆਹ ਇੰਜਣ ਦੀ ਸਫਾਈ ਦੇਖ ਲਓ, ਇੰਜਣ ਵੱਜ ਰਿਹਾ। ਇੱਧਰਾਂ ਫਾਰਾਂ ਦਾ ਦੇਖ ਲਓ, ਆਹ ਫਾਰ ਨੇ ਜਿਹੜੇ, ਨਾਲੇ ਆਪਾਂ ਇਹ ਆਹ ਮਿੱਟੀ ਲਾਹ ਤੀ ਇਹ ਤੋਂ, ਆਹ ਮਿੱਟੀ ਜਿਹੜੀ ਇਹ ਤੋਂ ਲਾਹੀ ਹੈ ਇਹ।
ਫਰ ਦੇ ਲਓ ਜੀ ਕਿੰਨੇ ਗੰਦੇ ਨੇ। ਤੁਹਾਨੂੰ ਇੱਦੂ ਥੋੜ੍ਹੀ ਟਾਈਮ ਬਾਅਦ ਫਿਰ ਵੀਡੀਓ ਬਣਾਵਾਂਗੇ, ਉਹ ਪੱਤੀਆਂ ਚੈੱਕ ਕਰ ਲਓ, ਪੱਤੀਆਂ 'ਤੇ ਕਿੰਨੀ ਗੰਦ ਹੈਗਾ, ਅਤੇ ਆ ਫਰਾਂ 'ਤੇ ਚੈੱਕ ਕਰ ਲਓ। ਤੁਹਾਨੂੰ ਦੁਬਾਰੇ ਵੀਡੀਓ ਜਦੋਂ ਬਣਾਵਾਂਗੇ ਉਹਦੇ ਵਿੱਚ ਸਫਾਈ ਦੇਖਿਓ ਤੁਸੀਂ ਵੀ ਸਫਾਈ ਕੀ ਚੀਜ਼ ਹੁੰਦੀ ਹੈ। ਆਈ ਹੈ ਟੈਂਕੀ ਦੀ ਹਾਲਤ ਦੇਖ ਲਓ ਕੀ ਹੈ, ਅਤੇ ਸਾਹਮਣੇ ਆ ਇਹ ਤੁਸੀਂ ਇਦੋਂ ਬਾਅਦ ਜਦੋਂ ਧੋਤੀ ਤੁਹਾਨੂੰ ਫਿਰ ਵੀ ਚੈੱਕ ਕਰਨਾ ਕਿੱਡਾ ਕਿੱਡਾ ਮਿੱਟ ਜੰਮਿਆ ਹੋਇਆ। ਇਹ ਲੋਕਾਂ ਦੀ ਸਮਾਈ ਦਾ ਸਬੂਤ ਦੱਸ ਦਿਓ ਤੁਹਾਨੂੰ ਕਿੰਨੀ ਕੁ ਸਮਾਈ ਹੈ। ਇਦੋਂ ਬਾਅਦ ਤੁਹਾਨੂੰ ਧੋ ਕੇ ਫਿਰ ਚੈੱਕ ਕਰਾਵਾਂ। ਬਈ ਜਿਹੜੀ ਚੀਜ਼ ਤੁਹਾਨੂੰ ਜੀ ਦਿਖਾਉਣੀ ਚਾਹੁੰਦੇ ਸੀ ਸਫਾਈ, ਆਹ ਫਰ ਤੁਸੀਂ ਪਹਿਲਾਂ ਵੀ ਚੈੱਕ ਕਰੇ ਸੀ। ਨਵੇਂ ਵਰਗੇ ਬਣਾਏ ਆ ਟੈਂਕੀ ਦੀ ਹਾਲਤ ਤੁਸੀਂ ਪਹਿਲਾਂ ਵੀ ਦੇਖੀ ਹੈ ਅਤੇ ਹੁਣ ਵੀ ਦੇਖ ਸਕਦੇ ਹੋ। ਇਸ ਤਰ੍ਹਾਂ ਹਰੇਕ ਸਾਰੇ ਇੰਜਣ ਦੀ ਵੀ ਇਸ ਤਰ੍ਹਾਂ ਇਕੱਲੇ ਇਕੱਲੇ ਨਟ ਦੀ ਇਕੱਲੇ ਇਕੱਲੇ ਪਾਰਟਸ ਦੀ ਸਫਾਈ ਕੀਤੀ ਗਈ ਹੈ। ਇਸ ਵਰਕਸ਼ਾਪ ਦੇ ਵਿੱਚ ਤਕਨੀਕ ਦੇ ਅਤੇ ਔਰ ਸਫਾਈ ਦੇ ਨਾਲ ਕੰਮ ਕੀਤਾ ਜਾਂਦਾ ਵਾ। ਬਾਕੀ ਤੁਹਾਨੂੰ ਇੱਧਰ ਹਿੱਸਾ ਵੀ ਦਿਖਾਉਂਦੇ ਹਾਂ, ਇੱਧਰ ਕੰਮ ਹੋਈ ਜਾਂਦਾ, ਇੱਧਰ ਹਿੱਸਾ ਵੀ ਦੇਖ ਲਓ ਧੋ ਕੇ ਰੱਖਿਆ ਪਿਆ ਹੈਗਾ, ਐਂ ਨਹੀਂ ਹੈਗਾ। ਰੇਟ ਲਾਉਣ ਦੀ ਹੁਣ ਤਿਆਰੀ ਹੈ ਜੀ। ਇਕੱਲਾ ਇਕੱਲਾ ਹਾਊਸ ਪਾਈਪ ਨਵਾਂ ਪਾਇਆ ਗਿਆ, ਸਾਫ ਕਰਕੇ ਸਾਰਾ ਕੁਛ ਕੰਪਲੀਟ ਰੇਟ ਹੈ। ਜਿਹੜਾ ਜ਼ਿਮੀਂਦਾਰ ਤਾਂ ਕਹਿੰਦੇ ਜੀ ਨਵਾਂ ਲਾ ਦਿਆਂਗੇ, ਪਰ ਅਸੀਂ ਕਿਹਾ ਵੀ ਨਹੀਂ ਰੇਟ ਤੁਹਾਡਾ ਸਹੀ ਹੈ, ਆਪਾਂ ਇਹਨੂੰ ਸਾਫ ਕਰਾ ਕੇ ਡੰਗ ਲਾ ਦਾਂਗੇ। ਜਿਵੇਂ ਕਹਿੰਦੇ ਡਾਕਟਰ ਅੱਧੇ ਰੱਬ ਹੁੰਦੇ ਨੇ, ਮਿਸਤਰੀ ਵੀ ਇਸ ਤਰ੍ਹਾਂ ਬਈ ਕਸਟਮਰ ਦੇ ਨਾਲ ਹੀ ਹੁੰਦੇ ਨੇ। ਹੀਟਰ ਕਸੋ ਸਾਲ ਦੇ ਵਿੱਚ ਜੋ 857 ਦਾ ਇੰਜਨ ਬੰਨਿਆ, ਉਹ ਅੱਜ ਸਾਰਾ ਕੰਮ ਕਰਕੇ ਰੈਡੀ ਹੋ ਚੁੱਕਿਆ ਹੈਗਾ। ਅਲੱਗ ਅਲੱਗ ਨਾਲ ਵੀ ਚੈੱਕ ਕਰ ਸਕਦੇ ਹਾਂ, ਸਾਰਾ ਤਿਆਰ ਕਰ ਦਿੱਤਾ ਫੁੱਲ ਸਫਾਈ ਦੇ ਨਾਲ, ਫੁੱਲ ਮਿਹਨਤ ਦੇ ਨਾਲ, ਅਲੱਗ ਅਲੱਗ ਟੈਪ ਕਲੰਪ ਨਵਾਂ ਲਾ ਕੇ ਚੀਜ਼ ਤਿਆਰ ਹੈ, ਸਟਾਰਟ ਕਰ ਰਹੇ ਹਾਂ। ਤੁਹਾਨੂੰ ਇਹਦੀ ਸਟਾਰਟਿੰਗ ਦਿਖਾਉਂਦੇ ਹਾਂ ਵੀ ਸਟਾਰਟਿੰਗ ਕਿੱਦਾਂ ਦੀ ਹੈ ਜੀ। ਹਲੇ ਪਹਿਲੀ ਵਾਰ ਮਾਰ ਨਹੀਂ ਲੱਗੇਗੇ, ਸਟਾਰਟ ਕਰਨ ਨਹੀਂ ਲੱਗੇਗੇ। ਚਲੋ ਜੀ ਮਿਸਤਰੀ ਜੀ ਕਰੋ ਸਟਾਰਟ। ਆ ਮਿਸਤਰੀ ਜਗਤਾਰ ਸਿੰਘ ਜੀ, ਮੇਰੇ ਵੱਡੇ ਭਰਾ। ਟਰੈਕਟਰ 855 ਤਿਆਰ ਕਰ ਦਿੱਤਾ ਗਿਆ, ਜਾਣ ਦੀ ਤਿਆਰੀ 'ਚ ਹੈਗਾ।
ਮਲਾਇਲ ਮਲੂਲ ਰੈਡੀ ਸਾਰਾ ਕੁਛ ਓਕੇ ਕਰਤਾ ਰੈਡਰ ਰੈਡਰ ਜਾਣ ਦੀ ਤਿਆਰੀ ਦੇ ਵਿੱਚ ਹੈ ਜੀ ਕੰਪਲੀਟ ਹੈ ਚੱਕਰ ਵਗੈਰਾ ਵੀ ਲਾਏ ਗਏ ਨੇ ਕਰ ਦੇ ਇੱਕ।